ਨਮਸਕਾਰ ਖਬਰਾਂ ਦੇ ਇਸ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ ਮੈਂ ਹਰਚਗਿਲ ਹੋਤਰਾ ਪਹਿਲਾ ਪੇਸ਼ ਨਹੀਂ ਛਣਵੀਆ ਖਬਰਾਂ ਕੇਂਦਰੀ ਖਜ਼ਾਨਾ ਮੰਤਰੀ ਨਿਰਮਲਾ ਸੀਤਾਰਮਨ ਨੇ ਰਾਜ ਸਭਾ ਵਿੱਚ ਪਾਸੰਦਾਰਨ ਬਜਟ ਵਿੱਚ ਸੂਬਿਆਂ ਦੀ ਅਣਦੇਖੀ ਬਾਰੇ ਵਿਰੋਧੀ ਧਿਰ ਦੇ ਦੋਸ਼ਾਂ ਨੂੰ ਨਕਾਰਿਆ ਲੋਕ ਸਭਾ ਦੀ ਕਾਰਵਾਈ ਸ਼ੁਰੂ ਹੁੰਦਿਆਂ ਹੀ ਵਿਰੋਧੀ ਧਿਰ ਦੇ ਆਗੂਆਂ ਨੇ ਕੇਂਦਰੀ ਬਜਟ ਖਿਲਾਫ ਕੀਤੀ ਨਾਅਰੇਬਾਜੀ ਬ੍ਰਿਟਾਨੀਆ ਦੇ ਵਿਦੇਸ਼ ਮੰਤਰੀ 2 ਦਿਨਾਂ ਸਰਕਾਰੀ ਦੌਰੇ ਤੇ ਭਾਰਤ ਪੁੱਜੇ ਜੰਮੂ ਕਸ਼ਮੀਰ ਦੇ ਕਪਵਾਲਾ ਚ ਸੁਰੱਖਿਆ ਦਸਤਿਆਂ ਵੱਲੋਂ ਇੱਕ ਅਤਵਾਦੀ ਟੀਲ ਕਾਟਮੰਦੂ ਚ ਇੱਕ ਜਹਾਜ਼ ਉਡਾਨ ਭਰਨ ਮੌਕੇ ਹੋਇਆ ਹਾਦਸੇ ਦਾ ਸ਼ਿਕਾਰ ਖੇਲੂ ਇੰਡੀਆ ਪਹਿਲ ਕਦਮੀ ਲਈ ਇਸ ਵਾਰ ਦੇ ਖੇਡ ਬਜਟ ਚ ਸਭ ਤੋਂ ਵੱਧ 900 ਕਰੋੜ ਰੁਪਏ ਰੱਖੇ ਗਏ ਨੇ ਤੇ ਹੁਣ ਖਬਰਾਂ ਵਿਸਥਾਰ ਨਾਲ ਸੰਸਦ ਦੇ ਦੋਹਾਂ ਸਦਨਾਂ ਵਿੱਚ ਅੱਜ ਬਜਟ ਤੇ ਚਰਚਾ ਸ਼ੁਰੂ ਹੋਈ ਕੇਂਦਰੀ ਖਜ਼ਾਨਾ ਮੰਤਰੀ ਨਿਰਮਲਾ ਸਿਤਾ ਰਮਨ ਨੇ ਰਾਜ ਸਭਾ ਵਿੱਚ ਬੋਲਦਿਆਂ ਵਿਰੋਧੀ ਪਾਰਟੀਆਂ ਦੀ ਨਿੰਦਾ ਕਰਦਿਆਂ ਕਾਂਗਰਸ ਨੂੰ ਬਹਿਸ ਲਈ ਚੁਣੌਤੀ ਦਿੱਤੀ ਹੈ ਕਜ਼ਾਨਾ ਮੰਤਰੀ ਨੇ ਕਿਹਾ ਕਿ ਉਹਨਾਂ 'ਤੇ ਦੋਸ਼ ਲਗਾਏ ਜਾ ਰਹੇ ਨੇ ਕਿ ਬਜਟ ਭਾਸ਼ਣ ਦੌਰਾਨ ਉਹਨਾਂ ਬਹੁਤ ਸਾਰੇ ਸੂਬਿਆਂ ਦੇ ਨਾਂ ਨਹੀਂ ਲਏ। ਉਹਨਾਂ ਕਿਹਾ ਕਿ ਭਾਸ਼ਣ 'ਚ ਸੂਬਿਆਂ ਦੇ ਨਾਮ ਨਾ ਲੈਣ ਦਾ ਮਤਲਬ ਇਹ ਨਹੀਂ ਹੈ ਕਿ ਸਰਕਾਰ ਨੇ ਉਹਨਾਂ ਦੀ ਅਣਦੇਖੀ ਕੀਤੀ ਹੈ। ਐਂਡ ਆਈ ਕੈਨ ਟੇਕ ਦ ਨੇਮ ਆਫ ਸੋ ਮਨੀ ਅਦਰ ਡਿਫਰੈਂਟ ਸਟੇਟਸ ਵੇਅਰ ਵੀ ਹੈਵ ਮੇਜਰ ਪ੍ਰੋਜੈਕਟਸ 1 ਐਂਡ ਸੈਕੰਡ if the speech does not mention the name of a particular state does it mean that the schemes of the government of india the programs of government of india the externally aided assistance which we obtain from the world bank and adb and aib and so on institutions such as that ਇਜ਼ਰਾਨ ਲੋਕ ਸਭਾ ਦੀ ਕਾਰਵਾਈ ਸ਼ੁਰੂ ਹੋਣ ਦੇ ਵਿਰੋਧੀ ਤਰ ਦੇ ਮੈਂਬਰਾਂ ਵੱਲੋਂ ਪ੍ਰਸ਼ਨ ਕਾਲ ਦੌਰਾਨ ਕੇਂਦਰੀ ਬਜਟ ਖਿਲਾਫ ਨਾਰੇਬਾਜ਼ੀ ਕੀਤੀ ਗਈ ਸਪੀਕਰ ਓਮ ਬਿਰਲਾ ਨੇ ਪ੍ਰਸ਼ਨ ਕਾਲ ਦੌਰਾਨ ਕਿਸੇ ਤਰ੍ਹਾਂ ਦੀ ਨਾਰੇਬਾਜ਼ੀ ਤੋਂ ਗੁਰੇਜ਼ ਕਰਨ ਦੀ ਸਲਾਹ ਦੇਦਿਆਂ ਸਾਰੇ ਸੰਸਦ ਮੈਂਬਰਾਂ ਨੂੰ ਵਿਧਾਨਿਕ ਕਾਰਵਾਈ ਸੁਚੱਜੇ ਢੰਗ ਨਾਲ ਚਲਾਉਣ ਲਈ ਆਪਣਾ ਯੋਗਦਾਨ ਦੇਣ ਦਾ ਸੱਦਾ ਦਿੱਤਾ ਦੂਜੇ ਪਾਸੇ ਇੰਡੀਗਟ ਜੋੜ ਦੇ ਆਗੂਆਂ ਵੱਲੋਂ ਸੰਸਰ ਪਵਨ ਦੇ ਬਾਾਰ ਕੇਂਦਰੀ ਬਜਟ 2024 ਦੇ ਵਿਰੋਧ ਚ ਪ੍ਰਦਰਸ਼ਨ ਕੀਤਾ ਗਿਆ ਕਾਂਗਰਸ ਪ੍ਰਧਾਨ ਮਲਿਕ ਅਰਜਨ ਖੜਗੀ ਨੇ ਦੋਸ਼ ਲਗਾਇਆ ਕਿ ਬਜਟ ਚ ਕਈਆਂ ਨੂੰ ਇਨਸਾਫ ਨਹੀਂ ਮਿਲਿਆ ਤੇ ਅਸੀਂ ਨਿਆਂ ਲਈ ਲੜ ਰਹੇ ਹਾਂ ਬ੍ਰਿਟਾਨੀਆ ਦੇ ਵਿਦੇਸ਼ ਮੰਤਰੀ ਡੇਵਿਡ ਬਲੇਮੀ ਅੱਜ ਤੋਂ ਦੋ ਦਿਨਾ ਸਰਕਾਰੀ ਦੌਰੇ ਤੇ ਭਾਰਤ ਪਹੁੰਚ ਗਏ ਨੇ ਨਵੀਂ ਦਿੱਲੀ ਵਿੱਚ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰੰਦੀਰ ਜੈਸਵਾਲ ਨੇ ਉਨ੍ਹਾਂ ਦਾ ਸਵਾਗਤ ਕੀਤਾ ਮਗਰੋਂ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਜੈਸਵਾਲ ਨੇ ਕਿਹਾ ਕਿ ਇਹ ਦੌਰਾ ਦੋਵਾਂ ਦੇਸ਼ਾਂ ਦਰਮਿਆਨ ਸਮੁੱਚੀ ਕੂਟਨੀਤਿਕ ਪਾਈਵਾਲੀ ਨੂੰ ਮਜ਼ਬੂਤ ਕਰੇਗਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਵਰਕਿੰਗ ਕਮੇਟੀ ਦੇ ਸੀਨੀਅਰ ਆਗੂਆਂ ਦੀ ਇੱਕ ਅਹਿਮ ਮੀਟਿੰਗ ਚੰਡੀਗੜ੍ਹ ਚ ਪਾਰਟੀ ਦੇ ਮੁਕ ਦਫ਼ਤਰ ਚ ਹੋਈ ਮੀਟਿੰਗ ਸ਼੍ਰੋਮਣੀ ਕਾਲੀ ਦਲ ਦੀ ਕੋਰ ਕਮੇਟੀ ਨੂੰ ਪੰਕ ਕਰਨ ਦਾ ਫੈਸਲਾ ਕੀਤਾ ਗਿਆ ਅਤੇ ਵਰਕਿੰਗ ਕਮੇਟੀ ਨੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਕੋਰ ਕਮੇਟੀ ਦੇ ਪੁਨਰਗਠਨ ਦਾ ਅਧਿਕਾਰ ਦੇ ਦਿੱਤਾ ਹੈ ਸ਼੍ਰੋਮਣੀ ਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਡਾਕਟਰ ਦਲਜੀਤ ਸਿੰਘ ਚੀਮਾ ਨੇ ਇਹ ਜਾਣਕਾਰੀ ਇੱਕ ਸੋਸ਼ਲ ਮੀਡੀਆ ਪੋਸਟ ਰਾਹੀਂ ਸਾਂਝੀ ਕੀਤੀ ਹੈ ਇਸ ਮੀਟਿੰਗ ਦੌਰਾਨ ਚੋਣ ਵਾਲੀਆਂ ਚਾਰ ਜ਼ਿਲ੍ਹੇ ਚੋਣਾਂ ਬਾਰੇ ਵੀ ਵਿਚਾਰ ਚਰਚਾ ਕੀਤੀ ਗਈ। ਉਹਨਾਂ ਦੱਸਿਆ ਕਿ ਆਉਣ ਵਾਲੇ ਕੁਝ ਦਿਨਾਂ ਅੰਦਰ ਨਵੀਂ ਕੋਰ ਕਮੇਟੀ ਦਾ ਐਲਾਨ ਵੀ ਕਰ ਦਿੱਤਾ ਜਾਵੇਗਾ। ਸੁਪਰੀਮ ਕੋਰਟ ਨੇ ਅਦਾਲਤ ਦੇ ਕੰਮ ਦੇ ਘੰਟਿਆਂ ਨਾਲ ਸੰਬੰਧਿਤ ਆਪਣੇ ਨਿਯਮਾਂ 'ਚ ਸੋਧ ਕੀਤੀ ਹੈ। ਸੋਧ ਮੁਤਾਬਕ ਨਵੇਂ ਕੰਮ ਦੇ ਘੰਟੇ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਹੋਣਗੇ। ਸੁਪਰੀਮ ਕੋਰਟ ਵੱਲੋਂ ਜਾਰੀ ਇਸ ਸੰਬੰਧੀ ਨੋਟੀਫਿਕੇਸ਼ਨ ਚ ਕਿਹਾ ਗਿਆ ਹੈ ਕਿ ਅਦਾਲਤੀ ਦਫਤਰ ਛੁੱਟੀਆਂ ਅਤੇ ਮਹੀਨੇ ਦੇ ਦੂਜੇ ਅਤੇ ਚੌਥੇ ਸ਼ਨੀਵਾਰ ਨੂੰ ਬੰਦ ਰਹੇਗਾ ਨਵੇਂ ਨਿਯਮ 1 ਅਗਸਤ ਤੋਂ ਲਾਗੂ ਹੋਣਗੇ ਜੰਮੂ ਕਸ਼ਮੀਰ ਦੇ ਕੁਪਵਾੜਾ ਚ ਸੁਰੱਖਿਆ ਬਲਾਂ ਨੇ ਮੁਕਾਬਲੇ ਚ ਇੱਕ ਅਤਵਾਦੀ ਨੂੰ ਢੇਰ ਕਰ ਦਿੱਤਾ ਹੈ ਪੂਰੇ ਇਲਾਕੇ ਚ ਸੁਰੱਖਿਆ ਬਲਾਂ ਵੱਲੋਂ ਪੁਨਚਾਨ ਦਾ ਕੰਮ ਚੱਲ ਰਿਹਾ ਹੈ ਇਸ ਤੋਂ ਪਹਿਲਾਂ ਮੰਗਲਵਾਰ ਨੂੰ ਉੱਤਰੀ ਕਸ਼ਮੀਰ ਦੇ ਸਰਹਦੀ ਜ਼ਿਲ੍ਹੇ ਕੁਪਵਾੜਾ ਦੇ ਲੋਲਾਬ ਚ ਸੁਰੱਖਿਆ ਬਲਾਂ ਅਤੇ ਅਤਵਾਦੀਆਂ ਵਿਚਾਲੇ ਮੁਕਾਬਲਾ ਹੋਇਆ ਸੀ ਭਾਰਤੀ ਫੌਜ ਦੀ ਚਨਾਰਕੌਰ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਕੋਵਤ ਕੁਪਵਾੜਾ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਅਤਵਾਦੀਆਂ ਦੀ ਮੌਜੂਦਗੀ ਬਾਰੇ ਖੁਫੀਆ ਜਾਣਕਾਰੀ ਮਿਲਣ ਮਗਰੋਂ ਭਾਰਤੀ ਫੌਜ ਅਤੇ ਜੰਮੂ ਕਸ਼ਮੀਰ ਪੁਲਿਸ ਨੇ ਸਾਂਝੇ ਤੌਰ ਤੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਹੈ ਅੱਜ ਚੌਕਸ ਜਵਾਨਾਂ ਨੇ ਇਲਾਕੇ ਚਰਚਕੀ ਸਰਗਰਮੀਆਂ ਦੇਖੀਆਂ ਅਤੇ ਲਲਕਾਰੇ ਜਾਨ ਦੇ ਜਵਾਬ ਵਿੱਚ ਲੁਕੇ ਹੋਏ ਅਤਵਾਦੀਆਂ ਨੇ ਅੰਨੇ ਵਾਂ ਗੋਲੀਬਾਰੀ ਸ਼ੁਰੂ ਕਰ ਦਿੱਤੀ ਇਸ ਕਾਰਵਾਈ ਦੌਰਾਨ ਇੱਕ ਅਤਵਾਦੀ ਢੇਰ ਕਰ ਦਿੱਤਾ ਗਿਆ ਅਤੇ ਇੱਕ ਐਨਸੀਓ ਜ਼ਖਮੀ ਹੋ ਗਿਆ ਏ 네팔 ਦੀ ਰਾਜਧਾਨੀ ਕਾਠਮਾਂਡੂ ਦੇ ਤ੍ਰਿਭਵਨ ਕੁਮਾਰਤੀ ਹਵਾਈ ਅੱਡੇ ਤੇ ਸ਼ੌਰਿਆ 에ਅਰਲਾਈਨਜ਼ ਦਾ ਜਹਾਜ਼ ਉਡਾਨ ਪਰਣ ਮਗਰੋਂ ਹਾਦਸੇ ਦਾ ਸ਼ਿਕਾਰ ਹੋ ਗਿਆ ਜਾਣਕਾਰੀ ਮੁਤਾਬਕ ਜਹਾਜ਼ ਪੋਖਰਾ ਜਾ ਰਿਹਾ ਸੀ ਜਿਸ ਵਿੱਚ ਹਵਾਈ ਅਮਲੇ ਸਮੇਤ 22 ਲੋਕ ਸਵਾਰ ਸਨ ਇਹ ਹਾਦਸਾ 11 ਵਜੇ ਦੇ ਕਰੀਬ ਵਾਪਰਿਆ ਪੁਲਿਸ ਅਤੇ ਫਾਇਰਫਾਈਟਰਸ ਦੀ ਅਗਵਾਈ ਚ ਬਚਾਅ ਕਾਰਜ ਜਾਰੀ ਨੇ ਹਾਦਸੇ ਵਿੱਚ 18 ਵਿਅਕਤੀਆਂ ਦੀ ਮੌਤ ਹੋ ਗਈ ਹੈ ਜਦਕਿ 4 ਨੂੰ ਬਚਾ ਲਿਆ ਗਿਆ ਹੈ ਅੱਜ ਰਾਤ ਆਸਮਾਨ ਵਿੱਚ ਦੁਰਬਲ ਖਗੋਲੀ ਘਟਨਾ ਨੂੰ ਦੇਖਣ ਦਾ ਮੌਕਾ ਮਿਲੇਗਾ ਸੂਰਜ ਅਤੇ ਚੰਦਰ ਗ੍ਰਹਿਣ ਦੀਆਂ ਘਟਨਾਵਾਂ ਹਰ ਸਾਲ 4 ਜਾਂ 5 ਵਾਰ ਦੇਖਣ ਨੂੰ ਮਿਲਦੀਆਂ ਨੇ ਪਰ ਅੱਜ ਸ਼ਨੀ ਨੂੰ ਗ੍ਰਹਿਣ ਲੱਗਣ ਜਾ ਰਿਹਾ ਹੈ ਭਾਰਤ 'ਚ ਇਹ ਘਟਨਾ 18 ਸਾਲ ਬਾਅਦ ਨਜ਼ਰ ਆਵੇਗੀ ਕੌਮੀ ਪੁਰਸਕਾਰ ਜੇਤੂ ਵਿਗਿਆਨ ਪ੍ਰਸਾਰਕ ਸਾਰਿਕਾ ਕਾਰੂ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਰਾਤ ਤਕਰੀਬਨ 9:30 ਵਜੇ ਜਦੋਂ ਚੰਦਰਮਾ ਪੂਰਬ ਵੱਲ ਵਧੇਗਾ ਤਾਂ ਰਾਤ 11:52 ਮਿੰਟ ਦੇ ਨੇੜੇ ਤੇ ਜਿਹੜੇ ਇਹ ਰਿੰਗ ਵਾਲੇ ਸੂਰਜ ਮੰਡਲ ਦੇ ਛੇਵੇਂ ਗ੍ਰਹਿ ਸ਼ਨੀ ਨੂੰ ਆਪਣੇ ਘੇਰੇ ਚ ਲੈ ਲਵੇਗਾ ਚੰਦਰਮਾ ਸ਼ਨੀ ਅਤੇ ਧਰਤੀ ਦੇ ਵਿਚਕਾਰ ਆ ਜਾਵੇਗਾ ਅਤੇ ਗ੍ਰਹਿਣ ਬਣਾਵੇਗਾ ਸਾਰਿਕਾ ਨੇ ਦੱਸਿਆ ਕਿ ਇਹ ਘਟਨਾ ਅੱਜ ਰਾਤ ਦੁਨੀਆ ਭਰ 'ਚ 11:57 ਮਿੰਟ 'ਤੇ ਸ਼ੁਰੂ ਹੋਵੇਗੀ ਅਤੇ ਦੁਪਹਿਰ 3:57 'ਤੇ ਸਮਾਪਤ ਹੋਵੇਗੀ। ਭਾਰਤ ਵਿੱਚ ਇਸ ਨੂੰ ਅਧੀ ਰਾਤ 12:50 ਮਿੰਟ ਤੋਂ ਲੈ ਕੇ ਅਗਲੇ ਦਿਨ ਦੁਪਹਿਰ 3:10 ਮਿੰਟ ਤੱਕ ਵਕ-ਵਕ ਥਾਵਾਂ 'ਤੇ ਦੇਖਿਆ ਜਾ ਸਕਦਾ ਹੈ। ਇਹ ਦਿੱਲੀ ਸਮੇਤ ਭਾਰਤ ਦੇ ਉੱਤਰ-ਪੱਛਮੀ ਰਾਜਾਂ 'ਚ ਦਿਖਾਈ ਨਹੀਂ ਦੇਵੇਗਾ ਪਰ ਮੱਧ ਪ੍ਰਦੇਸ਼ ਸਮੇਤ ਦਕਨੀ ਅਤੇ ਪੂਰਬੀ ਭਾਰਤ 'ਚ ਦਿਖਾਈ ਦੇਵੇਗਾ। ਸਾਰਿਕਾ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਇਹ ਘਟਨਾ 2 ਫਰਵਰੀ 2007 ਨੂੰ ਭਾਰਤ ਚ ਦੇਖ ਨੂੰ ਮਿਲੀ ਸੀ ਕੇਂਦਰੀ ਖਜ਼ਾਨਾ ਮੰਤਰੀ ਨਿਰਮਲਾ ਸਿ타ਰਮਨ ਵੱਲੋਂ ਪੇਸ਼ ਕੀਤੇ ਗਏ ਬਜਟ 'ਚ ਖੇਡਾਂ ਬਾਰੇ ਸਰਕਾਰ ਦੀ ਇੱਕ ਮਹੱਤਵਪੂਰਨ ਪਹਿਲ ਕਦਮੀ ਖੇਲੋ ਇੰਡੀਆ ਨੂੰ ਖੇਡ ਮੰਤਰਾਲੇ ਦੇ ਬਜਟ ਅਲਾਟਮੈਂਟ ਸਭ ਤੋਂ ਵੱਧ ਤਰਜੀਹੀ ਪ੍ਰੋਗਰਾਮਾਂ 'ਚੋਂ ਇੱਕ ਚੁਣਿਆ ਗਿਆ ਹੈ ਇਸ ਪ੍ਰੋਗਰਾਮ ਦਾ ਮੰਤਵ ਜ਼ਮੀਨੀ ਪੱਧਰ ਤੇ ਖੇਡਾਂ ਨੂੰ ਉਤਸ਼ਾਹਿਤ ਕਰਨਾ ਹੈ ਇਸ ਪ੍ਰੋਗਰਾਮ ਲਈ ਬਜਟ 3442 ਕਰੋੜ ਰੁਪਏ ਤੋਂ ਵੱਧ ਕੇ ਕੁੱਲ ਖੇਲ ਬਜਟ 900 ਕਰੋੜ ਰੁਪਏ ਅਲਾਟ ਕੀਤੇ ਗਏ ਨੇ ਖੇਲੋ ਇੰਡੀਆ ਪ੍ਰੋਗਰਾਮ ਦਾ ਮੰਤਵ ਨੌਜਵਾਨ ਹੁਨਰ ਦਾ ਵਿਕਾਸ ਕਰਨਾ ਅਤੇ ਕੌਮੀ ਪੱਧਰ ਤੇ ਖੇਡਾਂ ਦੇ ਬੁਨਿਆਦੀ ਢਾਂਚੇ ਨੂੰ ਵਧਾਉਣਾ ਹੈ ਪੰਜਾਬ ਵਿੱਚ ਅਜਮੀ ਦਾ ਅਲਰਟ ਹੈ ਮੌਸਮ ਵਿਭਾਗ ਨੇ ਇੱਕ ਜ਼ਿਲ੍ਹੇ 'ਚ orange alert ਅਤੇ 14 'ਚ yellow alert ਜਾਰੀ ਕੀਤਾ ਹੈ ਮਾਨਸੂਨ ਦੀ ਰਫਤਾਰ ਮੱਠੀ ਪਹਿ ਜਾਣਕਾਰਨ alert ਦੇ باوجود ਖੁੱਲਕੇ ਬਾਰਿਸ਼ ਨਹੀਂ ਹੋ ਰਹੀ ਅਤੇ ਜ਼ਿਆਦਾਤਰ ਖੇਤਾਂ 'ਚ ਪੌਕੇਟ ਰੇਨ ਦੇਖਣ ਨੂੰ ਮਿਲ ਰਿਹਾ ਹੈ ਜਿਸ ਦੇ ਚੱਲਦਿਆ ਗਰਮੀ ਅਤੇ ਹਮਸ ਦੀ ਸਥਿਤੀ ਬਣੀ ਹੋਈ ਹੈ ਸਵੇਰੇ ਦੇ ਔਸਤ ਵੱਧ ਤੋਂ ਵੱਧ 50.2 ਡਿਗਰੀ ਸੈਲਸੀਅਸ ਦੀ ਗਿਰਾਵਟ ਦਰਜ ਕੀਤੀ ਗਈ ਹੈ ਮੌਸਮ ਵਿਭਾਗ ਨੇ ਪੰਜਾਬ ਦੇ ਜ਼ਿਆਦਾਤਰ ਹਿੱਸਿਆਂ 'ਚ ਤੀਤੋ 40 ਕਿਲੋਮੀਟਰ ਦੀ ਰਫਤਾਰ ਨਾਲ ਤੇਜ਼ ਹਵਾਵਾਂ ਚੱਲਣ ਅਤੇ ਕੁਝ दरमिया बारिश का अलर्ट जारी किया है इसके इलावा कुछ जिले गर चमक न चिटे पैण की संभावना जताई है जुलाई का महीना खत्म होने वाला है पर इसके बावजूद खुल के मीह नहीं पै रहा है सारे जिले चारिश हुई है पहली जून तो हूं तक सूबे च उजा फीसद घट बारिश दर्ज की गई है दूजे पास यूरोपीय संघ के कॉपरिक्स पाउंडी तब्दीली सेवा वालों जारी अंकड़ों मुताबक दुनिया भर चर्मी का असर देखने मिल रहा है अंकड़िया की मनी है तो चौरासी साली जुलाई का दिन इतिहास का सब तो गर्म दिन ਖਬਰਾਂ ਦੇ ਬੁਲੇਟਿਨ ਸਾਡੇ ਦਰਸ਼ਕਾਂ ਆ ਰਹੇ ਨੇ ਯੂ ਡੀ ਡੀ ਕੇ ਜਲੰਧਰ ਦੇ YouTube ਚੈਨਲ Facebook ਪੇਜ ਅਤੇ ਸੋਸ਼ਲ ਮੀਡੀਆ ਪਲੇਟਫਾਰਮ X ਤੇ ਵੀ ਦੇਖ ਸਕਦੇ ਨੇ ਤੇ ਇਸ ਅਨਾਲੀ ਖਬਰਾਂ ਦਾ ਬੁਲੇਟਿਨ ਖਤਮ ਹੁੰਦਾ ਹੈ ਇਜਾਜ਼ਤ ਦਿਓ ਨਮਸਕਾਰ